किंचलिए प्रदेश प्रोग्राम च थोड़ा सब दा स्वागत है। अज असीं तुहानूं लैके चल रहे हां नेविगेटर ओवरसीज सोल्यूशनज प्राइवेट लिमिटेड, जो कि SCO 437-438 सेकंड फ्लोर सेक्टर 35C चंडीगढ़ विखे है। इमीग्रेशन के खेत्र विच नेविगेटर ओवरसीज एक जानिया मानिया नाम है। वीना गोयल जी, जो कि नेविगेटर ओवरसीज दे MD ने, हमेशा बच्चों नूं गाइड करन लई तैयार रहिंदे ने। अज मिति 23 सितंबर नूं नेविगेटर ओवरसीज सोल्यूशन प्राइवेट लिमिटेड चंडीगढ़ वालों होटल किंग्स जालंधर विखे एक मेगा सेमिनार करवाया गया। इस मौके वख-वख कंट्रीज तो रिप्रेजेंटेटिव्स पहुंचे। इस मौके दूरों दूरों आके विद्यार्थियों ने रिप्रेजेंटेटिव्स दे नाल 1-to-1 इंटरैक्शन की, वध चढ़ के इस मेगा सेमिनार दे विच पार्टिसिपेट किया। आओ नजर मार दें मेगा सेमिनार दियां झलकियां ते। तुसीं इस सेमिनार दा अज एक हिस्सा बने आ ते प्लीज दसो साडे दर्शकां नूं कि किहड़े तुसीं कॉलेज तों आए आ ते की कहना चाहुंदे आ तुसीं नौजवानां नूं। Feeling glad to say that K Navigator Education, they are serving from last 26 years in this market and bilkul genuine advice in our student who jada hega oh foreign country de vich settle hon di study karan di salah dende hega. So my name is Komal Sharma, I'm here today from PIA College, Polytechnic Institute of Australia. So jada vi student e degree de vich admission lena chahnde hega and ohna de 2021 pass out hega on spot apni assessment karwana chahnde hega, assi ohna nu itthe right guidance ਉਹਨਾਂ ਦੇ ਡਾਕੂਮੈਂਟਸ ਦੇਖ ਕੇ ਅਸੈਸਮੈਂਟ ਕਰਕੇ ਉਹਨਾਂ ਨੂੰ ਕਿਹੜਾ ਇਨਟੇਕ ਮਿਲ ਸਕਦਾ ਹੈਗਾ, ਕੀ ਰਿਕੁਆਇਰਮੈਂਟਸ ਹੈਗੀਆਂ, ਉਹ ਸਾਰਾ ਦੱਸਣ ਦੇ ਲਈ ਇਸ ਸੈਮੀਨਾਰ ਦੇ ਵਿੱਚ ਅੱਜ ਅਵੇਲੇਬਲ ਹੋਏ ਹੈਗੇ ਆ। ਔਰ ਨੈਵੀਗੇਟਰਸ ਦੇ ਆਰ ਅਵਰ ਆਥੋਰਾਈਜ਼ਡ ਪਾਰਟਨਰ, ਸੋ ਨੈਵੀਗੇਟਰਸ ਦਾ ਜਿਹੜਾ ਹੈਗਾ ਉਹ ਇੱਕ ਆਪਣਾ ਨਾਮ ਬਣਿਆ ਹੋਇਆ ਆ ਮਾਰਕੀਟ ਦੇ ਵਿੱਚ ਐਂਡ ਦੇ ਆਰ ਸਪੈਸ਼ਲਾਈਜ਼ਡ ਫੋਰ ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਕੈਨੇਡਾ UK ਸਟੱਡੀ ਵੀਜ਼ਾ, ਐਂਡ ਮੋਰ ਓਵਰ ਦੇ ਆਰ ਡੂਇੰਗ ਮੈਨੀ ਅਦਰ ਵੀਜ਼ਾਸ ਲਾਈਕ USA ਐਂਡ ਸਵਿਟਜ਼ਰਲੈਂਡ ਐਜ਼ ਵੈਲ। ਸੋ ਜੇ ਸਟੂਡੈਂਟਸ ਕੋਈ ਵੀ ਆਪਣੀ ਰਾਈਟ ਅਡਵਾਈਸ ਲੈਣਾ ਚਾਹੁੰਦੇ ਹੈਗੇ ਆ ਤਾਂ ਉਹ ਨੈਵੀਗੇਟਰਸ ਦੇ ਨਾਲ ਕੋਨੈਕਟ ਕਰ ਸਕਦੇ ਹੈਗੇ ਆ। ਐਂਡ ਜੇ ਸਪੈਸ਼ਲੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਿਹੜੇ ਕਾਲਜ ਦੇ ਵਿੱਚ ਤੁਹਾਨੂੰ ਡਿਗਰੀ ਕੋਰਸ ਮਿਲ ਸਕਦਾ ਹੈਗਾ ਜਾਂ ਫਿਰ ਤੁਹਾਡੀ ਐਲੀਜੀਬਿਲਿਟੀ ਕ੍ਰਾਈਟੀਰੀਆ ਜੋ ਹੈਗਾ ਆ, ਅਗਰ ਉਹ ਥੋੜ੍ਹਾ ਘੱਟ ਹੈਗਾ, ਕਿਸੇ ਇੱਕ ਮੋਡਿਊਲ 'ਚੋਂ 5.5 ਬੈਂਡ ਰਹਿ ਗਏ ਆ, 5.5 ਬੈਂਡਸ ਹੈਗੇ ਆ, ਸਟਿਲ ਤੁਸੀਂ ਡਿਗਰੀ ਪ੍ਰੋਗਰਾਮ ਕਿਸ ਤਰ੍ਹਾਂ ਲੈ ਸਕਦੇ ਹੈਗੇ ਹੋ, ਤਾਂ ਤੁਸੀਂ PIA ਕਾਲਜ ਦੇ ਲਈ ਮੈਨੂੰ ਡਾਇਰੈਕਟ ਕੋਨੈਕਟ ਕਰ ਸਕਦੇ ਹੈਗੇ ਥਰੂ ਨੈਵੀਗੇਟਰਸ। ਸੋ ਨੈਵੀਗੇਟਰਸ ਦੇ ਵਿੱਚ ਅੱਜ ਸਾਡਾ ਮੇਨ ਆਉਣ ਦਾ ਮੋਟਿਵ ਇਹੀ ਹੈਗਾ ਕਿ ਅਸੀਂ ਸਟੂਡੈਂਟਸ ਨੂੰ ਉਹਨਾਂ ਦੀ ਅਸੈਸਮੈਂਟ ਕਰਕੇ ਔਨ ਸਪੋਰਟ ਅਤੇ ਉਹਨਾਂ ਦੀ ਐਡਮਿਸ਼ਨ ਦਾ ਜਿਹੜਾ ਕ੍ਰਾਈਟੀਰੀਆ ਹੈਗਾ ਉਹ ਕੀ ਹੈਗਾ ਉਹ ਦੱਸ ਕੇ ਉਹਨਾਂ ਨੂੰ ਇਨਰੋਲ ਕੀਤਾ ਜਾਏ। ਸੈਮੀਨਾਰਸ ਦੇ ਵਿੱਚ ਇੱਕ ਤਾਂ ਬੈਨੀਫਿਟ ਆਇਆ ਕਿ ਅਸੀਂ ਸਟੂਡੈਂਟ ਨਾਲ ਅਸੀਂ ਇੰਟਰੈਕਟ ਕਰਦੇ ਹਾਂ ਐਜ਼ ਅ ਰਿਪ੍ਰਜੈਂਟੇਟਿਵ, ਸੋ ਇਹਦੇ ਵਿੱਚ ਕੋਈ ਕਿਸੇ ਵੀ ਗੱਲ ਦਾ ਇਹਦੇ ਵਿੱਚ ਛੁਪਾ ਨਹੀਂ ਰਹਿ ਜਾਂਦਾ, ਅਸੀਂ ਡਾਇਰੈਕਟਲੀ ਡੀਲ ਕਰਦੇ ਹਾਂ ਸਟੂਡੈਂਟਸ ਦੇ ਨਾਲ, ਅਤੇ ਜੋ ਵੀ ਐਕਚੁਅਲ ਜੋ ਰਿਕੁਆਇਰਮੈਂਟਸ ਨੇ, ਜੋ ਐਕਚੁਅਲ ਫੀ ਸਟਰਕਚਰ ਹੈ, ਜੋ ਐਕਚੁਅਲ ਕੋਰਸ ਦੀ ਆਪਸ਼ਨਸ ਹੈ, ਅਸੀਂ ਸਟੂਡੈਂਟ ਨੂੰ ਡਾਇਰੈਕਟ ਅਸੀਂ ਕਨਵੇ ਕਰਦੇ ਹਾਂ, ਸੋ ਦੈਟ ਦੇਰ ਵਿਲ ਬੀ ਨੋ ਮਿਸਕਮਿਊਨੀਕੇਸ਼ਨ ਬਿਟਵੀਨ ਦ ਸਟੂਡੈਂਟਸ ਐਂਡ ਜੀ। ਸੋ ਇਹੋ ਜਿਹੇ ਜੋ ਈਵੈਂਟਸ ਨੇ, ਜੋ ਇਹੋ ਜਿਹੇ ਸੈਮੀਨਾਰਸ ਨੇ, ਉਹ ਬਹੁਤ ਜ਼ਰੂਰੀ ਨੇ ਆਈ ਥਿੰਕ, ਬਿਕੋਜ਼ ਇਹਦੇ ਨਾਲ ਜੋ ਸਾਡਾ ਅਸੀਂ ਬੈਟਰ ਅੰਡਰਸਟੈਂਡਿੰਗ ਕਰ ਸਕਦੇ ਹਾਂ ਕਿ ਕੀ ਆਪਸ਼ਨਸ ਅਵੇਲੇਬਲ ਨੇ, ਉਹਦੇ ਵਾਸਤੇ ਕੀ ਕੀ ਰਿਕੁਆਇਰਮੈਂਟਸ ਨੇ। ਯਾਨੀ ਬੱਚਿਆਂ ਨੂੰ ਸੌਖਾ ਰਸਤਾ ਬਣਾ ਸਕਦੇ ਹਾਂ ਤੁਸੀਂ, ਬਿਲਕੁਲ ਸੈਮੀਨਾਰ ਦਾ ਮਕਸਦ ਹੀ ਸਮਝਿਆ ਜਾ ਸਕਦਾ ਜੀ, ਬਿਲਕੁਲ ਬਿਲਕੁਲ ਈਜ਼ੀ ਰਹੇਗਾ ਕਿ ਇੱਕ ਹੀ ਜਗ੍ਹਾ 'ਤੇ ਉਹਨਾਂ ਨੂੰ ਅਲੱਗ ਅਲੱਗ ਆਪਸ਼ਨਸ ਮਿਲਣਗੀਆਂ, ਹੈ ਨਾ। ਸੋ ਆਪਣੇ ਅਕੋਰਡਿੰਗ ਚੂਜ਼ ਕਰ ਸਕਦੇ ਕਿ ਉਹਨਾਂ ਵਾਸਤੇ ਬੈਸਟ ਚੀਜ਼ ਕੀ, ਸਾਡੇ ਕੰਸਲਟੈਂਟ ਸੀ, ਅਸੀਂ ਉਹਨਾਂ ਨੂੰ ਅਸੀਂ ਐਡਵਾਈਸ ਕਰ ਸਕਦੇ ਹਾਂ ਔਰ ਉਹ ਆਪਣੇ ਅਕੋਰਡਿੰਗ ਉਸ ਐਡਵਾਈਸ ਨੂੰ ਦੇਖ ਕੇ ਚੂਜ਼ ਕਰ ਸਕਦੇ ਨੇ ਕਿ ਸਾਡੇ ਲਈ ਬੈਸਟ ਚੀਜ਼ ਕੀ ਰਹਿ ਸਕਦੀ ਹੈ। ਸੈਮੀਨਾਰ ਲਗਾਉਣ ਦਾ ਬੇਸਿਕ ਮਕਸਦ ਇਹ ਹੈ ਕਿ ਸਟੂਡੈਂਟਸ ਨੂੰ ਆਪਾਂ ਅਵੇਅਰ ਕਰ ਸਕੀਏ, ਕਿਉਂਕਿ ਬਹੁਤ ਸਾਰੇ ਬੱਚਿਆਂ ਦਾ ਮਾਈਂਡਸੈਟ ਹੈ ਕਿ ਓਵਰਸੀਜ਼ ਐਜੂਕੇਸ਼ਨ, ਕੋਈ US ਜਾਣਾ ਚਾਹੁੰਦਾ, ਕੋਈ ਕੈਨੇਡਾ ਜਾਣਾ ਚਾਹੁੰਦਾ ਹੈ, ਕੋਈ ਯੂਰਪ ਜਾਣਾ ਚਾਹੁੰਦਾ ਹੈ, ਕੋਈ UK ਜਾਣਾ ਚਾਹੁੰਦਾ, ਤਾਂ ਕਿ ਆਪਾਂ ਬੱਚਿਆਂ ਨੂੰ ਇੱਕ ਰਾਈਟ ਓਪਰਚੁਨਿਟੀਜ਼ ਜੋ ਹੈਗੀਆਂ, ਰਾਈਟ ਪੋਸੀਬਿਲਿਟੀਜ਼ ਹੈਗੀਆਂ, ਉਹ ਕਨਵੇ ਕਰ ਸਕੀਏ, ਅੱਛੇ ਕਾਲਜ ਯੂਨੀਵਰਸਿਟੀਜ਼ ਵੀ ਇਨਰੋਲ ਕਰ ਸਕੀਏ। ਦੈਟ ਇਜ਼ ਦਾ ਓਨਲੀ ਰੀਜ਼ਨ ਇਸ ਸੈਮੀਨਾਰ। ਮਾਰਕੀਟ 'ਚ ਬਹੁਤ ਤਰ੍ਹਾਂ ਦੇ ਲੋਕ ਜੋ ਇਸ ਪਰਟੀਕੁਲਰ ਇਸ ਚੀਜ਼ ਨੂੰ ਜਾਂ ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ, ਦੇਖੋ ਦੇਰ ਇਜ਼ ਅ ਡਿਫਰੈਂਸ ਬਿਟਵੀਨ ਕੰਸਲਟੈਂਟ ਅਤੇ ਏਜੰਟਸ। ਜੋ ਏਜੰਟਸ ਹੈ ਉਹਨਾਂ ਦਾ ਕੰਮ ਹੈ ਡਰਾਉਣਾ, ਬਟ ਜੋ ਕੰਸਲਟੈਂਟਸ ਹੈ ਉਹਨਾਂ ਦਾ ਕੰਮ ਹੈ ਇੱਕ ਰਾਈਟ ਡਾਇਰੈਕਸ਼ਨ ਦੇਣਾ ਕਿ ਠੀਕ ਹੈ ਜੀ, ਇਸ ਹਿਸਾਬ ਨਾਲ ਕੰਮ ਚੱਲ ਸਕਦਾ, ਆਟੋਮੈਟਿਕ ਕੰਮ ਚੱਲ ਸਕਦਾ, ਵਿਦਆਊਟ ਕਿਸੇ ਫੇਕ ਡਾਕੂਮੈਂਟਸ ਦੀ ਆਪਾਂ ਅਗਰ ਆਪਣੀ ਫਾਈਲ ਨੂੰ ਪ੍ਰੋਸੀਡ ਕਰਦੇ ਹਾਂ ਤਾਂ ਚਾਂਸਿਸ ਹਾਇਰ ਸੈਟ ਰਹਿੰਦੇ ਨੇ। ਔਰ ਇਹ ਇਸ ਤਰ੍ਹਾਂ ਦੇ ਐਜੂਕੇਸ਼ਨ ਫੇਅਰਸ ਇਸ ਚੀਜ਼ ਲਈ ਹੈਲਪ ਕਰਦੇ ਨੇ ਤਾਂ ਕਿ ਬੱਚਿਆਂ ਨੂੰ ਸਹੀ ਗਾਈਡੈਂਸ ਦੇ ਨਾਲ, ਸਹੀ ਅਵੇਅਰਨੈਸ ਦੇ ਨਾਲ ਆਪਾਂ ਉਹਨਾਂ ਦੇ ਟ੍ਰੀਟਮੈਂਟ ਕਰਾਂਗੇ। ਹਰ ਚੀਜ਼ ਦਾ ਇੱਕ ਸਿਸਟਮੈਟਿਕ ਪ੍ਰੋਸੈਸ ਹੁੰਦਾ, ਸੋ ਫੀਸ ਹੈ, ਫੀਸ ਦਾ ਆਪਣਾ ਪ੍ਰੋਸੈਸ ਹੈ, ਬਾਕੀ ਡਾਕੂਮੈਂਟੇਸ਼ਨ ਦਾ ਆਪਣਾ ਪ੍ਰੋਸੈਸ ਹੈ, ਸੋ ਪ੍ਰੋਸੈਸ ਦੇ ਅਕੋਰਡਿੰਗ ਆਪਾਂ ਅਵੇਅਰਨੈਸ ਇਸ ਤਰ੍ਹਾਂ ਦੇ ਐਜੂਕੇਸ਼ਨ ਫੇਅਰਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੱਚਿਆਂ ਦੇਖੋ IELTS PT ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਉਹ ਤੋਂ ਚਾਹੀਏ ਹੋ ਜਾਂਦੀ। ਅਬ
स्टूडेंट्स क्या करते हैं, कई बार बिना आईएएस के भी अप्लाई कर देते हैं, यूनिवर्सिटी एक्सेप्ट कर लेती है एकेडमिक बेसिस, कंडीशनल ऑफर इशू होता है, लेकिन उनको आईएएस या पीटी चाहिए। कोई भी ऐसा एजेंट नहीं है जो बिना आईएएस और पीटी के अप्लाई कर दे। अगर वो अप्लाई कर रहा है तो बच्चे का रिफ्यूज़ल आएगा, इसलिए बच्चे को हमेशा उस एजेंट के पास जाना चाहिए जो उसको प्रॉपर इन्फॉर्मेशन दे। एजेंट की लिस्ट आपको हर एक यूनिवर्सिटी की वेबसाइट पर मिल जाएगी जो उनके रजिस्टर्ड एजेंट्स हैं। जी ये जिहड़ा सेमिनार तुसी लाया, इहदा मकसद की है जी? देखो जी, स्टूडेंट जिहड़े है कोई आस्ट्रेलिया जाण दा चाहवान है, कोई कैनेडा, कोई अमेरिका, तो साडा ये है कि बच्चों में एक रिप्रेजेंटेटिव आन को वक् वक् कॉलेज यूनिवर्सिटीज़ तो वक् वक् कंट्रीज़ के रिप्रेजेंटेटिव मिलाए, तो वन टू वन बच्चों में इनफॉरमेशन दें कि स्कॉलरशिप उन्होंने मिल सकती है, नहीं मिल सकती, एलिजिबल है नहीं है, उत्थे जॉब अपॉर्चुनिटीज़ की है, एक कोर्स करके तो डायरेक्ट जो रूबरू होंगे कॉलेज रैप्स ना, उन्होंने होर ज़्यादा इनफॉरमेशन मिलती है और एक्चुअल जी उन्होंने इनफॉरमेशन मिलती है जी सो कॉल्ड एजेंटा के बकावे ना। कई बार इदा हो जाता कि पैसे इन्ने दस देंगे सारे कि हर बच्चे का सुपना है कनेडा अमेरिका के मैं स्टडी करा, आस्ट्रेलिया न्यूजीलैंड, पर उन्होंने को बस नहीं होंगे कि इन्नी छेती पेमेंट इन कर दें, वो बारे आप कहना चाहते हैं? देखो जो बच्चा चाहवान है, समझो बच्चे की परसेंटेज बहुत अच्छी है, 90% है, 80% है, 95% है, तो उन्होंने यूनिवर्सिटियाँ स्कॉलरशिप बहुत अच्छी होंगी है। जोड़ा बच्चा नहीं अफोर्ड कर सकता वो भी अफोर्ड कर सकता, क्योंकि अच्छा इंडिया च भी जो अच्छे कॉलेज अच्छी यूनिवर्सिटी पढ़ाना है तो पढ़ाई बहुत सस्ती नहीं रह रही, तो देख लो 3-4 लाख तो शुरू होकर अगे 50 लाख 60 लाख भी जाती है। हूँ अज ही एक जी यूनिवर्सिटी कैनेडा पर बैठी है माउंट एलिसन, उन्हों का जो कोर्स है वो थोड़ा जहा बच्चा महंगा लग सकता, वह की USP है, यूनीक सेलिंग पॉइंट की है कि वो कोर्स करके कंप्लीट करके बच्चा जोड़ा है यूनिवर्सिटी ऑफ ऑक्सफोर्ड जी कि वर्ल्ड वाइड यूनिवर्सिटी ऑफ ऑक्सफोर्ड 100,000 मतलब 60 लाख की स्कॉलरशिप पा दे रहे जिद बच्चा मास्टर जी ऑक्सफोर्ड च करेगा उन्होंने को, तो दैट्स ब्यूटीफुल प्रोग्राम। तो इतना हर यूनिवर्सिटी के वक् वक् वधिया वधिया प्रोग्राम है और उन्होंने यूनिवर्सिटियाँ जितना कैनेडा के वीज़ा के बाद ही फीस मेन पे करा सकते। यही रिक्वेस्ट है कि जै किसी बच्चों ने जो 5.5 बैंड चाहिए है कोर्स, तो 5.5 बैंड लै लैन एजेंटा के पकावे च ना आ कि बिना आइट्स करके मैं चलिया जाऊँगा, क्योंकि विदाउट आइट्स के कुछ बच्चे निकल जाते, कुछ रह जाते, एजेंट पैसे लैके भर जाते हैं। तो सानू अज 26 साल हो गए काम करते नैविगेटर ओवरसीज में, पर बच्चा एक दूजे बच्चे रैफरेंस देता, इस करके देता कि सही कंसल्टेंसी है, तुसी गलत गाइड नहीं हो गए, तो तुसी जब गलत गाइड नहीं हो गए तो पैसा भी किधर नहीं बढ़ेगा।